ਹਾਂ ਮਖੂ ਵੀ ਹਰਪਾਲ ਸਿੰਘ ਬੋਲ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਰਾ ਜੀ। ਵੱਡੇ ਵੀਰ ਜੀ, ਇਹਨਾਂ ਦਿਨਾਂ ਦੇ ਵਿੱਚ ਤੁਸੀਂ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਬਾਰੇ ਬਹੁਤ ਜ਼ਿਆਦਾ ਇੰਟਰਵਿਊ ਕੀਤੀਆਂ, ਔਰ ਉਹਨਾਂ ਦੇ ਸਮਕਾਲੀ ਜਿਹੜੇ ਰਹੇ ਨੇ ਜਿਨ੍ਹਾਂ ਨੇ ਤਸ਼ੱਦਦ ਆਪਣੇ ਪਿੰਡੇ ਤੇ ਵੀ ਹੰਢਾਇਆ, ਉਹਨਾਂ ਨਾਲ ਵੀ ਗੱਲਾਂ ਬਾਤਾਂ ਹੋਈਆਂ ਤੁਹਾਡੀਆਂ, ਵੀ ਤੁਸੀਂ ਇਹ ਸਾਰਾ ਨਿਚੋੜ ਕੀ ਕੱਢਦੇ, ਕੀ ਵਿਸ਼ਲੇਸ਼ਣ ਤੁਹਾਡੀ ਸੋਚ ਕੀ ਆਉਂਦੀ ਹੈ, ਵੀ ਉਹ ਕੌਣ ਦੋਸ਼ੀ ਸੀ? ਤੁਸੀਂ ਥੋੜੇ ਸ਼ਬਦਾਂ ਦੇ ਵਿੱਚ ਵਧੇਰੇ ਜਾਣਕਾਰੀ ਦੇਣੀ ਹੋਵੇ, ਇਹ ਸਾਰੀਆਂ ਕਥਾ ਦਾ, ਸਾਰੇ ਇਤਿਹਾਸ ਦਾ ਵਿਸ਼ਲੇਸ਼ਣ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਹਰਪਾਲ ਸਿੰਘ ਜੀ, ਵਿਸ਼ਲੇਸ਼ਣ ਜਿਹੜਾ ਨਿਕਲਦਾ ਆ, ਵਿਸ਼ਲੇਸ਼ਣ ਤੇ ਅਸਲ ਦੇ ਵਿੱਚ ਇਹੀ ਨਿਕਲਦਾ ਆ ਵੀ ਜੇ ਤੁਸੀਂ ਕਦੀ ਵੀ ਦੇਖੋ, ਜੀ ਕਦੀ ਤੁਸੀਂ ਸੁਣਿਆ ਆ ਵੀ ਹਿੰਦੂ ਸਮਾਜ ਦੀ ਸਭ ਤੋਂ ਸਰਵਉੱਚਮ ਜਿਹੜੀ ਪੋਸਟ ਜੀ ਹੈ ਨਾ, ਜੀ ਵੀ ਉਹਨਾਂ ਦੇ ਜਿਹੜੇ ਆਗੂ ਨੂੰ ਜੀ ਕਦੀ CIA ਸਟਾਫ ਦੇ ਵਿੱਚ ਨੰਗਾ ਕਰਕੇ ਪੁੱਠਾ ਟੰਗਿਆ ਹੋਵੇ ਜਾਂ ਸਿਰ 'ਚ ਗੋਲੀ ਮਾਰੀ ਹੋਵੇ, ਕਦੀ ਇਹੋ ਜਿਹੀ ਗੱਲ ਤੁਸੀਂ ਕਦੀ ਸੁਣੋਗੇ ਨਹੀਂ ਹੈ ਨਾ। ਜੀ ਟੋਟੇ ਕੀਤੇ ਹੋਣ, ਇਸਲਾਮ ਜਗਤ ਵਿੱਚ ਵੀ ਜੇ ਕਿਤੇ ਵੇਖਿਆ ਜਾਵੇ ਤੇ ਕਦੀ ਐਸਾ ਨਹੀਂ ਹੋ ਸਕਦਾ ਵੀ ਇਸਲਾਮ ਦਾ ਜਿਹੜਾ ਸਰਵਉੱਚ ਅਸਥਾਨ ਹੈ ਜੀ ਉਹਦਾ ਜਿਹੜਾ ਮੁਖੀ ਹੈ ਜੀ ਜਾਂ ਉਹਦਾ ਜੋ ਵੀ ਉੱਥੋਂ ਦਾ ਪ੍ਰਬੰਧਕ ਹੈ ਵੀ ਬਿਲਕੁਲ ਉਹਦੇ ਨਾਲ ਕਦੀ ਇਸ ਤਰੀਕੇ ਦਾ ਕਾਰਾ ਹੋਇਆ ਹੋਵੇ, ਜਾਂ ਕਦੀ ਆਪਾਂ ਕਹਿ ਲਈਏ ਵੀ ਈਸਾਈ ਜਗਤ ਵਿੱਚ ਪੋਪ ਨਾਲ ਕਦੀ ਐਸਾ ਕੋਈ ਸੋਚ ਸਕਦਾ, ਕੋਈ ਕ੍ਰਿਸਚਨ ਵੀ ਪੋਪ ਦੇ ਨਾਲ ਵੀ ਐਸਾ ਹੋ ਸਕਦਾ ਆ, ਹੈ ਨਾ। ਬਿਲਕੁਲ ਬਿਲਕੁਲ ਸਵਾਲ ਪੈਦਾ ਹੋ ਗਿਆ ਸਾਡੇ ਜਿਹਨ ਦੇ ਵਿੱਚ, ਇਹ ਗੱਲ ਹੋ ਗਿਆ ਵੀ ਸਾਡੇ ਨਾਲ ਕੀ ਐਸਾ ਕਿਉਂ ਹੋਇਆ, ਹੈ ਨਾ। ਬਿਲਕੁਲ ਵਿਸ਼ਲੇਸ਼ਣ ਤੁਸੀਂ ਗੱਲ ਕੀਤੀ ਵੀ ਵਿਸ਼ਲੇਸ਼ਣ ਦੀ, ਮੈਂ ਇਸ ਕਰਕੇ ਵਿਸ਼ਲੇਸ਼ਣ ਵਾਲੇ ਪਾਸੇ ਤੁਰ ਪਿਆ ਵਾਂ ਜੀ, ਮੈਂ ਵਿਸ਼ਲੇਸ਼ਣ ਇਸ ਬੈਠੇ ਬੈਠੇ ਕੀਤਾ ਵੀ ਐਸਾ ਹੋਇਆ ਕੀ, ਵੀ ਕਿਉਂ ਏਡੀ ਵੱਡੀ ਖੇਡ ਕੱਢੀ ਗਈ, ਇਹਦਾ ਕਾਰਨ ਕੀ ਹੋ ਸਕਦਾ ਆ। ਕਾਰਨ ਉਹਦੇ ਵਿੱਚ ਕਾਫੀ ਨਿਕਲ ਕੇ ਸਾਹਮਣੇ ਵੀ ਆ ਜਾਂਦੇ ਆ ਤੇ ਉਹਨਾਂ ਕਾਰਨਾਂ ਦੇ ਉੱਪਰ ਆਪਾਂ ਥੋੜੀ ਜਿਹੀ ਨਜ਼ਰ ਪਾ ਲਈਏ। ਜੀ ਬੀ ਜੀ ਅਸਲ ਦੇ ਵਿੱਚ ਉਦੋਂ ਜਦੋਂ ਖਾੜਕੂ ਧਿਰਾਂ ਕੋਈ ਕਾਰਵਾਈ ਪਾਉਂਦੀਆਂ ਸੀ, ਪੁਲਿਸ ਪਹਿਲਾਂ ਕਰਦੀ ਸੀ, ਉਸ ਤੋਂ ਬਾਅਦ ਉਹਦਾ ਜਿਹੜਾ ਐਕਸ਼ਨ ਦਾ ਰੀਐਕਸ਼ਨ ਹੁੰਦਾ ਸੀ ਜੀ, ਹੈ ਨਾ, ਜੀ ਜਿਹਨੂੰ ਖਾੜਕੂ ਸਿੰਘਾਂ ਦੇ ਵਿੱਚ ਕਿਹਾ ਜਾਂਦਾ ਸੀ ਕਾਰਵਾਈ ਪਾਉਣੀ, ਜੀ ਜਾਂ ਫਲਾਣੇ ਦਾ ਸੋਧਾ ਲਾਤਾ ਜੀ ਜਾਂ ਫਲਾਣੇ ਨੂੰ ਗੱਡੀ ਚਾੜਤਾ, ਇਹ ਸ਼ਬਦ ਹੁੰਦੇ ਸੀ। ਜੀ ਹੁਣ ਜਦੋਂ ਇਹ ਸ਼ਬਦਾਂ ਦੀ ਵਰਤੋਂ ਹੁੰਦੀ ਸੀ ਤੇ ਇਹਦਾ ਅਰਥ ਸੀ ਵੀ ਫਲਾਣੇ ਨੂੰ ਮਾਰ ਦਿੱਤਾ ਗਿਆ, ਉਹਦੇ ਵਿੱਚ ਜਦੋਂ ਪਹਿਲਾਂ ਪੁਲਿਸ ਮਾਰਦੀ ਹੈ ਤੇ ਉਸ ਤੋਂ ਬਾਅਦ ਖਾੜਕੂ ਸਿੰਘ ਵੀ ਆਪਣੀ ਕਾਰਵਾਈ ਕਰਦੇ ਨੇ, ਬਦਲਾ ਲੈਂਦੇ ਨੇ, ਜੀ ਕੁਝ ਪੁਲਿਸ ਵਾਲੇ ਮਾਰੇ ਜਾਂਦੇ ਨੇ, ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਗੱਲ ਚੱਲਦੀ ਹੈ ਵੀ ਇਹਦੇ ਮਗਰ ਕੌਣ ਹੋ ਸਕਦਾ ਹੈ, ਇਹਦੇ ਮਗਰ ਜੀ ਜਥੇਦਾਰ ਗੁਰਦੇਵ ਸਿੰਘ ਕਿਉਂਕਿ ਹੋ ਸਕਦਾ ਹੈ। ਹੁਣ ਇੱਕ ਸ਼ੱਕ ਹੈ, ਇੱਕ ਤੇ ਹੈ ਵੀ ਹੈ, ਜੇ ਕੋਈ ਇਹ ਵੀ ਗੱਲ ਕਹਿ ਦੇ ਨਾ ਫਲਾਣਾ ਹੈ ਤੇ ਉਹ ਵੀ ਹੈ ਨੂੰ ਵੀ ਸਾਬਤ ਕਰਨਾ ਪੈਂਦਾ ਵੀ ਉਹ ਕਿਵੇਂ ਹੈ, ਬਿਲਕੁਲ ਹੈ ਨਾ। ਜੀ ਤੇ ਇੱਥੇ ਇੱਕ ਸਵਾਲ ਹੈ ਵੀ ਹੋ ਸਕਦਾ ਹੈ, ਹੋ ਸਕਦਾ ਦਾ ਮਤਲਬ ਵੀ ਕੁਝ ਵੀ ਹੋ ਸਕਦਾ, ਗੱਲ ਇਹ ਗੱਲ ਸਿਰਫ ਇੱਕ ਹਵਾ ਦੇ ਵਿੱਚ ਛੱਡੀ ਹੋਈ ਹੈ ਨਾ। ਜੀ ਜੀ ਦੂਜੇ ਨੰਬਰ ਦੇ ਉੱਪਰ ਤੁਸੀਂ ਕੌਂਕੇ ਦੇ ਲਾਗੇ ਤਾਗੇ ਲੋਕਾਂ ਨੂੰ ਪੁੱਛੋ ਜਾਂ ਹੋਰਾਂ ਜਿਹੜੇ ਉਹਨਾਂ ਦੇ ਸਮਕਾਲੀ ਨੇ ਉਹਨਾਂ ਨੂੰ ਪੁੱਛੋ, ਉਹ ਕਹਿੰਦੇ ਵੀ ਨਿਆਂ ਕਰਨ ਦੇ ਵਿੱਚ ਬੜੇ ਮੰਨੇ ਹੋਏ ਸੀ ਤੇ ਸਵੇਰੇ ਸਵੇਰੇ ਉਹਨਾਂ ਦੇ ਘਰ ਦੇ ਵਿੱਚ ਇੱਕ ਕਿਸਮ ਦੀ ਅਦਾਲਤ ਲੱਗ ਜਾਂਦੀ ਹੁੰਦੀ ਸੀ। ਕੀ ਬਾਤ ਹੈ, ਅਦਾਲਤ ਇਸ ਕਿਸਮ ਦੀ ਲੱਗ ਜਾਂਦੀ ਹੁੰਦੀ ਸੀ ਵੀ ਜਿਹੜਾ ਕੋਈ ਕਿਸੇ ਦੀ ਕੁੜੀ ਦਾ ਮਸਲਾ ਆ ਗਿਆ, ਕਿਸੇ ਦਾ ਕੋਈ ਦਾਜ ਦਾ ਮਸਲਾ ਆ ਗਿਆ, ਕਿਸੇ ਦਾ ਪ੍ਰਾਪਰਟੀ ਦਾ ਮਸਲਾ ਆ ਗਿਆ, ਕਿਤੇ ਭਰਾਵਾਂ ਦਾ ਝਗੜਾ ਆ ਗਿਆ, ਉਹ ਕਹਿੰਦੇ ਜੀ ਬੈਠੋ ਇੱਥੇ, ਮੈਂ ਇੱਥੇ ਕਰਦਾ ਵਾਂ। ਕਹਿੰਦੇ ਕਚਹਿਰੀਆਂ ਦੇ ਵਿੱਚ ਇਨਸਾਫ਼ ਇੱਕ ਇੱਕ ਜਨਮ ਲੰਘ ਜਾਂਦਾ, ਇੱਕ ਇੱਕ ਜ਼ਿੰਦਗੀ ਲੰਘ ਜਾਂਦੀ ਹੈ, ਉਹ ਕਹਿੰਦੇ ਸੀ ਆਓ ਆਪਾਂ ਇੱਥੇ ਇਨਸਾਫ਼ ਦਿੰਦੇ ਹਾਂ। ਜਿਹਨੂੰ ਖਾਲਸਾ ਖੁਦ ਖੁਦਾ ਵਾਲੀ ਜਿਹੜੀ ਗੱਲ ਹੈ ਨਾ, ਜਦੋਂ ਅਸੀਂ ਆਪਣੀ ਹਸਤੀ ਨੂੰ ਪਹਿਚਾਣ ਜਾਂਦੇ ਹਾਂ ਵੀ ਅਸੀਂ ਕਿਸੇ ਦੇ ਮੁਤਾਜ਼ ਨਹੀਂ ਹਾਂ, ਤੇ ਇਹ ਵੀ ਕਿਤੇ ਨਾ ਕਿਤੇ ਜਦੋਂ ਤੁਸੀਂ ਆਪਣੀ ਸੋਵਰਨਟੀ ਦੀ ਗੱਲ ਕਰਦੇ ਹੋ, ਇੱਕ ਸਿੱਖੀ ਸੋਚ ਦੀ ਗੱਲ ਕਰਦੇ ਹੋ, ਤੇ ਕਿਤੇ ਨਾ ਕਿਤੇ ਤੁਹਾਨੂੰ ਉਸ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ ਨਾ। ਔਰ ਇੱਥੇ ਮੈਂ ਥੋੜਾ ਜਿਹਾ ਦੱਸ ਦੇਣਾ ਚਾਹੁੰਦਾ ਮੈਂ ਤੁਹਾਨੂੰ, ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਆ, 92 ਦੇ ਵਿੱਚ ਇਲੈਕਸ਼ਨ ਦਾ ਬਾਈਕਾਟ ਕੀਤਾ ਸੀ ਪੰਥਕ ਧਿਰਾਂ ਨੇ ਵੀ ਆਪਾਂ ਐਤਕੀ ਇਲੈਕਸ਼ਨ ਨਹੀਂ ਲੜਨਾ। ਬਿਲਕੁਲ ਜੀ, ਜਦੋਂ 92 ਦੇ ਵਿੱਚ ਇਹਨਾਂ ਨੇ ਬਾਈਕਾਟ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਪਿੰਡ ਦੇ ਸਰਪੰਚ ਹੁੰਦੇ ਸੀ, ਸਭ ਤੋਂ ਪਹਿਲਾਂ ਪਿੰਡ ਦਾ ਸਰਪੰਚ ਹੁੰਦਾ ਸੀ ਬੇਅੰਤ ਸਿੰਘ, ਉਸ ਤੋਂ ਬਾਅਦ ਹੌਲੀ ਹੌਲੀ ਰਾਜਨੀਤੀ ਵਿੱਚ ਆਪਣਾ ਕਦਮ ਰੱਖਿਆ ਤੇ ਹੁਣ ਜਦੋਂ ਇਕੱਲੇ ਦੌੜਾਂਗੇ ਤੇ ਇਕੱਲੀ ਜਿੱਤਾਂਗੇ ਨਾ,
ਬਿਲਕੁਲ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਮਾਨ ਕਹਿੰਦੇ ਵੀ ਡਿਬੇਟ, ਹਨਾ, ਡਿਬੇਟ ਹੁਣ ਇਕੱਲੇ ਤੁਸੀਂ ਡਿਬੇਟ ਕਰੀ ਚੱਲੋ ਤੇ ਡਿਬੇਟ ਤੇ ਤੁਸੀਂ ਜੇਤੂ ਹੋਵੋਗੇ। ਜੀ ਬਿਲਕੁਲ ਜੀ ਇਸੇ ਪ੍ਰਕਾਰ ਕੀ ਹੋ ਜਾਂਦਾ ਹੈ ਵੀ ਜਦੋਂ ਪੰਥਕ ਧਿਰਾਂ ਨੇ ਕਹਿ ਦਿੱਤਾ ਵੀ ਅਸੀਂ ਇਲੈਕਸ਼ਨ ਲੜਨਾ ਹੀ ਨਹੀਂ, ਤੇ ਹੁਣ ਜਿਹੜੀ ਥੋੜੀ ਬਹੁਤੀ ਵੋਟ ਦੇ ਨਾਲ ਇਹਨਾਂ ਦੇ ਜਿੱਤ ਗਏ ਤੇ ਸਰਕਾਰ ਬਣ ਗਈ, ਜੀ ਕਿਉਂਕਿ ਇੱਕ ਤਰਫਾ ਹੀ ਵੋਟ ਪੈਣੀ ਸੀ। ਬਿਲਕੁਲ ਜੀ ਹੁਣ ਜਦੋਂ ਬੇਅੰਤ ਸਿੰਘ ਸਰਕਾਰ 92 ਦੇ ਵਿੱਚ ਬਣਦੀ ਹੈ ਤੇ 5 ਸਾਲ ਦਾ ਪੀਰੀਅਡ ਹੁੰਦਾ ਹੈ, 97 ਤੱਕ ਜਾਣੀ ਹੈ, ਪਰ 95 ਦੇ ਵਿੱਚ ਬੇਅੰਤ ਸਿੰਘ ਦਾ ਬੰਬ ਧਮਾਕੇ ਦੇ ਵਿੱਚ ਇਹਦਾ ਕਤਲ ਹੋ ਜਾਂਦਾ ਹੈ। ਜੀ ਹੁਣ ਇੱਕ ਚੀਜ਼ ਬੜੀ ਸਮਝਣ ਵਾਲੀ ਹੈ, ਉਸ ਤੋਂ ਪਹਿਲਾਂ ਬੇਅੰਤ ਸਿੰਘ ਨੇ ਜੋ ਕੀਤਾ ਜੀ ਉਹਨਾਂ ਦੇ ਵਿੱਚ ਹੀ ਉਹ ਜੋ ਘਟਨਾਕ੍ਰਮ ਹੋਏ ਨੇ, ਜੀ ਕਰੀਬ ਜੇ ਆਪਾਂ ਸਾਰੀ ਦੀ ਸਾਰੀ ਖਾਲੜਾ ਕਮਿਸ਼ਨ ਦੀ ਰਿਪੋਰਟ ਵੇਖੀ ਜਾਵੇ ਜੀ ਜਾਂ ਜਸਵੰਤ ਸਿੰਘ ਖਾਲੜਾ ਜੀ ਦਾ ਸਾਰਾ ਜਿਹੜਾ ਖਰੜਾ ਆ ਝਾਤ ਪਾਇਆ ਜਾਵੇ, ਜੀ ਤੇ ਤੁਹਾਨੂੰ ਇੰਜ ਕਹਿ ਲਓ ਵੀ 99% ਜਿਹੜਾ ਆ ਉਹ ਜ਼ਿਆਦਾਤਰ ਤੁਹਾਨੂੰ 92 ਤੋਂ 95 ਦੇ ਵਿੱਚ ਮਿਲੇਗਾ। ਜੀ ਹੈ ਨਾ, ਜੀ ਹੁਣ ਦੋ ਚੀਜ਼ਾਂ ਨੂੰ ਬੜੇ ਧਿਆਨ ਦੇ ਨਾਲ ਸਮਝਿਆ ਜੀ। ਜਥੇਦਾਰ ਗੁਰਦੇਵ ਸਿੰਘ ਕੌਂਕੇ ਵਾਲਾ ਵੀ ਜੋ ਵਾਪਰਦਾ ਹੈ ਇਹ 25 ਦਸੰਬਰ 1992 ਨੂੰ ਇਹਨਾਂ ਨੂੰ ਇਹਨਾਂ ਦੇ ਪਿੰਡ ਤੋਂ ਗ੍ਰਿਫਤਾਰ ਕੀਤਾ ਜਾਂਦਾ, ਤੇ 1 ਜਨਵਰੀ ਨਵਾਂ ਸਾਲ ਜਿਸ ਦਿਨ ਹੁੰਦਾ ਆ ਜੀ 1993 ਵਾਲੇ ਦਿਨ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਹੈ ਨਾ, ਸ਼ਹੀਦ ਸ਼ਬਦ ਸਾਡਾ ਬੜਾ ਮਿੱਠਾ ਸ਼ਬਦ ਹੈ, ਸਤਿਕਾਰਯੋਗ ਸ਼ਬਦ ਹੈ, ਪਰ ਜੇ ਕਹਿਣਾ ਪਵੇ ਤੇ ਬੁਰੇ ਤਰੀਕੇ ਦੇ ਨਾਲ ਕੋਹ ਕੋਹ ਕੇ ਕਤਲ ਕਰ ਦਿੱਤਾ ਜਾਂਦਾ ਹੈ। ਹੁਣ ਇਸ ਚੀਜ਼ ਨੂੰ ਬੜੇ ਧਿਆਨ ਦੇ ਨਾਲ ਸਮਝਿਆ ਜੀ, ਇਹ ਚੀਜ਼ ਬੜਾ ਇੱਕ ਧਿਆਨ ਮੰਗਦੀ ਪਈ ਹੈ। ਹੁਣ ਉਦੋਂ ਤੁਹਾਨੂੰ ਪਤਾ ਹੈ ਵੀ ਜੇ ਕਿਸੇ ਨੂੰ ਕਹਿ ਦਿੱਤਾ ਜਾਂਦਾ ਸੀ ਛੱਕ ਦੇ ਆਧਾਰ ਦੇ ਉੱਪਰ ਗੋਲੀ ਮਾਰ ਦੇਣੀ, ਜੀ ਇਹ ਛੱਕੀ ਹੈ ਜੀ, ਹੁਣ ਯਾਰ ਮੈਨੂੰ ਤੇਰੇ ਤੇ ਸ਼ੱਕ ਹੈ, ਜ਼ਰੂਰੀ ਥੋੜਾ ਵੀ ਤੈਨੂੰ ਵੀ ਮੇਰੇ ਤੇ ਸ਼ੱਕ ਹੋਵੇ। ਹੈ ਨਾ ਜੀ, ਹੋ ਸਕਦਾ ਮੈਨੂੰ ਤੇਰੇ ਤੇ ਸ਼ੱਕ ਹੈ, ਜੋ ਮੇਰੇ ਅੰਦਰ ਫਿਲਮ ਚੱਲਦੀ ਪਈ ਤੇਰੇ ਪ੍ਰਤੀ, ਹੋ ਸਕਦਾ ਤੂੰ ਐਸਾ ਨਾ ਹੋਵੇ ਜੀ, ਪਰ ਉਦੋਂ ਸ਼ੱਕ ਦੇ ਆਧਾਰ ਤੇ ਗੋਲੀ ਮਾਰੀ ਜਾਂਦੀ ਸੀ, ਤੇ ਜਦੋਂ ਗੋਲੀ ਮਾਰੀ ਜਾਂਦੀ ਸੀ ਉਹਨੂੰ ਕਹਿ ਦਿੱਤਾ ਜਾਂਦਾ ਸੀ ਇਹ ਲਾ ਵਾਰਸ ਹੈ। ਹੁਣ ਜੇ ਵਾਰਸ ਲੱਭੋਗੇ ਤੇ ਵਾਰਸ ਲੱਭਣਗੇ, ਜਦੋਂ ਆਪਾਂ ਲਾ ਵਾਰਸ ਪਹਿਲਾਂ ਹੀ ਕਹਿ ਦਿੱਤਾ ਤੇ ਬਿਲਕੁਲ ਫਿਰ ਉਹਨੂੰ ਕਹਿ ਦਿੱਤਾ ਜਾਂਦਾ ਸੀ ਅਣਪਛਾਤਾ, ਵੀ ਇਹਦੀ ਪਛਾਣ, ਹੁਣ ਪਛਾਣ ਕਰਾਂਗੇ ਤੇ ਪਛਾਣ ਹੋਵੇਗੀ, ਜਦੋਂ ਪਛਾਣ ਕਰਨੀ ਨਹੀਂ ਆਪੇ ਹੀ ਅਣਪਛਾਤਾ ਹੋ ਗਿਆ। ਜੀ ਹੈ ਨਾ, ਉਸ ਸਮੇਂ ਮੁਕਾਬਲੇ ਜਿਹਨੂੰ ਲੋਕੀ ਕਹਿੰਦੇ ਸੀ ਮੁਕਾਬਲੇ, ਮੁਕਾਬਲਾ ਹੁੰਦਾ ਇਕੱਲੇ ਨਾਲ ਇਕੱਲੇ ਦਾ, ਇਹ ਨਹੀਂ ਵੀ ਇੱਕ ਖੜਕੂ ਨੂੰ ਫੜਨ ਵਾਸਤੇ 500 ਬੰਦਾ ਆ ਗਿਆ 200 ਬੰਦਾ ਆ ਗਿਆ, ਉਹ ਮੁਕਾਬਲਾ ਨਹੀਂ ਹੁੰਦਾ ਜੀ। ਹੈ ਨਾ, ਜੀ ਪਰ ਉਹ ਸ਼ਬਦ ਮੁਕਾਬਲੇ ਪ੍ਰਚਲਿਤ ਹੋਏ। ਹੁਣ ਉਹ ਸਾਰਾ ਘਟਨਾਕ੍ਰਮ ਜਦੋਂ ਤੁਹਾਨੂੰ ਉਦੋਂ ਦਾ ਨਹੀਂ ਪਤਾ, ਤੁਸੀਂ ਕਦੀ ਵੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਤਸਵੀਰ ਨੂੰ ਪੇਸ਼ ਨਹੀਂ ਕਰ ਸਕਦੇ, ਕਿਉਂਕਿ ਕਿਹੋ ਜਿਹਾ ਦੌਰ ਸੀ 84 ਤੋਂ ਬਾਅਦ। ਜੀ ਇੰਜ ਕਹਿ ਲਓ ਵੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੋਂ ਬਾਅਦ ਜੇ ਕੌਮ ਨੂੰ ਕੋਈ ਜਰਨੈਲ ਮਿਲਿਆ ਸੀ ਬਿਲਕੁਲ ਜੀ, ਉਹ ਕੌਮ ਸੀ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ। ਹੁਣ ਆਪੇ ਲਾ ਲਓ ਵੀ ਕਿੰਨਾ ਕੁ ਰੜਕਦਾ ਹੋਵੇਗਾ, ਹਨਾ, ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ। ਜੀ ਫਿਰ ਕੀ ਹੋ ਜਾਂਦਾ ਵੀ ਉਹ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਆਪਣੇ ਪਿੰਡੋਂ ਚੱਕ ਲਿਆ ਜਾਂਦਾ ਹੈ ਜੀ, ਤੇ ਉਹ ਆਪਣੇ ਪਿੰਡ ਦੇ ਵਿੱਚ ਉਸ ਸਮੇਂ ਕਥਾ ਕੀਤੀ ਔਰ 200 ਬੰਦਾ ਉਸ ਵੇਲੇ ਉਹਨਾਂ ਦੇ ਨਾਲ ਸੀ, ਅੰਦਾਜ਼ਾ ਲਾ ਕੇ ਦੇਖੋ। ਕੀ ਬਾਤ ਹੈ, ਕਦੀ ਤੁਸੀਂ ਦੇਖੋ ਵੀ ਤੁਹਾਨੂੰ ਘਰ ਦੇ ਵਿੱਚ 200 ਬੰਦਾ ਤੁਹਾਡੇ ਨਾਲ ਹੋਵੇਗਾ, ਅੰਦਾਜ਼ਾ ਲਾ ਕੇ ਦੇਖੋ ਵੀ ਕਿੰਨੇ ਲੋਕ ਉਹਨਾਂ ਦੇ ਘਰ ਦੇ ਵਿੱਚ ਜਾਂ ਉਹਨਾਂ ਦੇ ਮਗਰ ਜਾਂ ਉਹਨਾਂ ਦੀ ਗੱਲ ਸੁਣਨ ਦੇ ਲਈ ਉਤਾਵਲੇ ਹੁੰਦੇ ਸੀ, ਘੱਟੋ ਘੱਟ 200 ਬੰਦਾ ਸੀ ਜੀ। ਹੁਣ ਉਹ 200 ਬੰਦਾ ਜਿਹੜਾ ਆ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਇਹਨਾਂ ਨੂੰ ਚੁੱਕ ਕੇ ਲਿਜਾਂਦੇ ਨੇ। ਸੀਏ ਸਟਾਫ ਦੇ ਵਿੱਚ ਜੋ ਕੁਝ ਹੁੰਦਾ ਪਿਛਲੇ ਦਿਨਾਂ ਵਿੱਚ ਬਾਖੂਬੀ ਤੁਸੀਂ ਸਾਰਾ ਸੁਣ ਲਿਆ, ਪਰ ਮੈਂ ਥੋੜੀ ਜਿਹੀ ਤੁਹਾਨੂੰ ਇੱਕ ਜਾਣਕਾਰੀ ਗਈਆਂ ਟੋਟੇ ਕੀਤੇ ਗਏ, ਅਣਮਨੁੱਖੀ ਤਸ਼ੱਦਦ ਹੋਇਆ, ਮੈਂ ਕਿਹਾ ਜੀ ਅਣਮਨੁੱਖੀ ਤਸ਼ੱਦਦ ਹੋਇਆ ਜੋ ਕਦੀ ਵੀ ਕਿਸੇ ਦੇ ਉੱਪਰ ਨਹੀਂ ਕਰਨਾ ਚਾਹੀਦਾ ਜੀ, ਔਰ ਖਾਸ ਕਰਕੇ ਜਿਨ੍ਹਾਂ ਨੇ ਸੰਵਿਧਾਨ ਦੀ ਕਸਮ ਖਾ ਕੇ ਵਰਦੀਆਂ ਪਾਈਆਂ ਹੁੰਦੀਆਂ ਨੇ ਉਹਨਾਂ ਵੱਲੋਂ ਹੋਇਆ ਬਿਲਕੁਲ। ਸੰਵਿਧਾਨ ਸਾਨੂੰ ਇਸ ਗੱਲ ਦੀ ਇਜਾਜ਼ਤ ਦਿੰਦਾ ਆ ਕਿਸੇ ਬੰਦੇ ਦਾ ਕਿੱਡਾ ਵੀ ਗੁਨਾਹ ਹੋਵੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਉਹਨੂੰ ਸਜ਼ਾ ਦਿੱਤੀ ਜਾ ਸਕਦੀ ਹੈ, ਇਹ ਨਹੀਂ ਉਹਦੀ ਸਜ਼ਾ ਹੁੰਦੀ ਵੀ ਉਹਨੂੰ ਨੰਗਾ ਕਰਕੇ ਪੁੱਠਾ ਟੰਗ ਦਿਓ। ਕਿਸੇ ਧਾਰਾ ਦੇ ਵਿੱਚ ਕੋਈ ਐਸੀ ਸਜ਼ਾ ਹੈ ਤੇ ਮੈਨੂੰ ਵੀ ਜ਼ਰੂਰ ਦਿਖਾਈ ਜਾਵੇ, ਹਨਾ। ਹੁਣ ਉਸ ਤੋਂ ਬਾਅਦ ਉਹਦੇ ਅੱਖ ਕੱਢ ਦਿੱਤੀ ਜਾਵੇ, ਉਸ ਤੋਂ ਬਾਅਦ ਗੋਲੀ ਮਾਰ ਦਿੱਤੀ ਜਾਵੇ, ਉਹਦੀ ਲਾਸ਼ ਕਿਤੇ ਫੁੱਲ ਕੇ ਬਾਹਰ ਨਾ ਆ ਜਾਵੇ, ਕਿਤੇ ਹੋਰ ਨਾ ਪੰਗਾ ਪੈ ਜਾਵੇ, ਉਹਦੇ ਟੱਕਰੇ ਕਰ ਦਿੱਤੇ ਜਾਣ,
ਕਿਤੇ ਕਿਸੇ ਕਾਨੂੰਨ ਦੀ ਕਿਤਾਬ ਦੇ ਵਿੱਚ ਨਹੀਂ ਲਿਖਿਆ ਹੋਇਆ, ਪਰ ਹੋਇਆ ਸਿੱਖਾਂ ਦੇ ਨਾਲ, ਕਾਨੂੰਨ ਤੋਂ ਬਾਹਰ ਜਾ ਕੇ ਹੋਇਆ, ਬਹੁਤ ਕੁਝ ਹੋਇਆ। ਇਹ ਤੇ ਬੜੀਆਂ ਇੰਜ ਕਹਿ ਲਈਏ ਵੀ ਐਸੀਆਂ ਘਟਨਾਵਾਂ ਨੇ ਜਿਹੜੀਆਂ ਪੇਸ਼ ਕਰਨ ਲੱਗੋ ਤੇ ਸਮਾਂ ਬਹੁਤ ਲੰਘੇਗਾ। ਮਖੂ ਸਾਹਿਬ, ਮੈਂ ਤੁਹਾਡੀ ਗੱਲ ਰੋਕਦਾ, ਤੁਸੀਂ ਬਾਦਲ ਪਰਿਵਾਰ ਨੂੰ ਕਿਵੇਂ ਦੋਸ਼ੀ ਠਹਿਰਾਉਂਦੇ ਆ? ਉਸ ਵੇਲੇ ਸਰਕਾਰ ਕਾਂਗਰਸ ਦੀ ਏ, ਉਹ ਪ੍ਰਸ਼ਾਸਨ ਵੱਲੋਂ, ਪੁਲਿਸ ਅਫਸਰਾਂ ਵੱਲੋਂ ਘੋਟਨੇ ਵੱਲੋਂ ਤਸ਼ੱਦਦ ਢਾਇਆ ਜਾਂਦਾ ਹੈ, ਪਰ ਤੁਸੀਂ ਬਾਦਲ ਨੂੰ ਕਿਸ ਤਰੀਕੇ ਨਾਲ ਦੋਸ਼ੀ ਹਰੇਕ ਇੰਟਰਵਿਊ ਚ ਕਰ ਰਹੇ ਹੋ? ਨਹੀਂ ਦੇਖੋ, ਬਾਦਲ ਨੂੰ ਦੋਸ਼ੀ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਆ, ਉਸ ਸਮੇਂ ਸਰਕਾਰ ਸੀ ਬੇਅੰਤ ਸਿੰਘ ਦੀ, ਜਦੋਂ ਇਹ ਸਾਰਾ ਕੁਝ ਹੋਇਆ, ਜੀ ਹੈਨਾ, ਜੀ ਬੇਅੰਤ ਸਿੰਘ ਸਰਕਾਰ ਵੇਲੇ ਸਾਰਾ ਕੁਝ ਹੋ ਜਾਂਦਾ, ਅਸੀਂ ਉਹਨਾਂ ਤੋਂ ਉਸ ਕਿਸਮ ਦੀ ਆਸ ਨਹੀਂ ਲਾ ਸਕਦੇ ਜਿਹੜੀ ਕਿਤੇ ਨਾ ਕਿਤੇ ਜਿਨ੍ਹਾਂ ਦੇ ਨਾਮ ਨਾਲ ਪੰਥਕ ਸ਼ਬਦ ਲੱਗਾ ਹੋਵੇ ਜੀ, ਜਾਂ ਜਿਹੜੇ ਪੰਥ ਦੇ ਨਾਮ ਦੇ ਉੱਪਰ ਵੋਟ ਲੈਂਦੇ ਹੋਣ, ਉਹਨਾਂ ਤੋਂ ਜ਼ਿਆਦਾ ਆਸ ਲਾਈ ਜਾ ਸਕਦੀ, ਦੂਜੇ ਤੋਂ ਆਸ ਨਹੀਂ ਲੱਗਦੀ ਹੁੰਦੀ। ਜੀ ਹੁਣ ਇੱਕ ਚੀਜ਼ ਨੂੰ ਬੜੇ ਧਿਆਨ ਦੇ ਨਾਲ ਸਮਝਿਆ ਜੇ, ਹੁਣ ਤੁਹਾਡਾ ਸਵਾਲ, ਮੈਂ ਕਹਿੰਦਾ ਇਹ ਸਵਾਲ ਇੱਕ ਆਪਣੇ ਆਪ ਦੇ ਵਿੱਚ ਇੱਕ ਤੁਹਾਡਾ ਸਵਾਲ ਨਹੀਂ ਹੈ, ਲੋਕਾਂ ਦਾ ਸਵਾਲ ਵੀ ਹੋ ਸਕਦਾ, ਕੱਲ ਨੂੰ ਥਰਡ ਪਰਸਨ ਵੀ ਮੇਰੇ ਤੇ ਸਵਾਲ ਕਰੇਗਾ, ਮੈਨੂੰ ਪਹਿਲੇ ਕਲੀਅਰ ਕਰਦੇ ਆ। ਜੀ ਹੁਣ ਤੁਸੀਂ ਦੇਖੋ ਵੀ ਜਦੋਂ 95 ਦੇ ਵਿੱਚ ਬੇਅੰਤ ਸਿੰਘ ਮਾਰਿਆ ਜਾਂਦਾ ਹੈ, ਤੇ ਬੇਅੰਤ ਸਿੰਘ ਦੇ ਮਾਰੇ ਜਾਣ ਤੋਂ ਬਾਅਦ 97 ਦੇ ਵਿੱਚ ਫਿਰ ਇਲੈਕਸ਼ਨ ਹੁੰਦੀ ਹੈ। ਬਿਲਕੁਲ ਜੀ। ਹੁਣ ਮੈਂ ਇੱਕ ਚੀਜ਼ ਦੱਸਣੀ ਚਾਹੁੰਦਾ ਵਾਂ, ਜੇ ਜਿਵੇਂ ਹੁਣ ਕਈ ਕਹਿੰਦੇ ਆ ਵੀ ਬੇਅੰਤ ਸਿੰਘ ਦੇ ਵੇਲੇ ਬਹੁਤ ਵਧੀਆ ਹੋਇਆ ਜੀ, ਜਿਵੇਂ ਉਹਨਾਂ ਦਾ ਪੋਤਰਾ ਵੀ ਜ਼ਿਕਰ ਕਰਦਾ ਆ, ਬਹੁਤ ਸੋਹਣਾ ਮਾਹੌਲ ਹੋਇਆ ਜੀ, ਪੰਜਾਬ ਵਿੱਚ ਸ਼ਾਂਤੀ ਪਸਰ ਗਈ। ਜੀ ਜੇ ਏਡੀ ਪੰਜਾਬ ਵਿੱਚ ਸ਼ਾਂਤੀ ਪਸਰ ਗਈ ਸੀ, ਏਡਾ ਰਾਮ ਰਾਜ ਉਦੋਂ ਆ ਗਿਆ ਸੀ, ਤੇ 97 ਦੇ ਵਿੱਚ ਵੀ ਕਾਂਗਰਸ ਆ ਸਕਦੀ ਸੀ, ਪਰ ਉਹਦੇ ਜ਼ੁਲਮਾਂ ਤੋਂ ਇੰਨੇ ਕੁ ਲੋਕ ਸਤਾਏ ਸੀ ਵੀ 97 ਵਿੱਚ ਭਰਪੂਰ ਯੋਗਦਾਨ ਕਰਕੇ ਤੇ ਬਾਦਲ ਦੀ ਸਰਕਾਰ ਬਣਾਤੀ। ਬਾਦਲ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ, ਜਿਹੜਾ ਤੁਸੀਂ ਕਿਹਾ ਵੀ ਗੁੱਸਾ ਕਿਉਂ, ਚੋਣ ਮੈਨੀਫੈਸਟੋ ਦੇ ਵਿੱਚ ਗੱਲ ਕਹੀ ਸੀ, ਲਿਖੀ ਸੀ ਬਕਾਇਦਾ ਜੀ, ਕਿ ਸਰਕਾਰ ਬਣਨ ਤੋਂ ਬਾਅਦ ਜੀ ਜਿਹੜੇ ਵੀ ਦੋਸ਼ੀ ਨੇ ਜੀ ਉਹਨਾਂ ਨੂੰ ਅਸੀਂ ਭਾਵੇਂ ਉਹ ਪੁਲਿਸ ਅਫਸਰ ਨੇ ਜੀ ਜਾਂ ਅਦਰ ਵੀ ਕਿਸੇ ਸਰਕਾਰੀ ਅਹੁਦੇ ਦੇ ਉੱਤੇ ਨੇ ਜੀ, ਉਹਨਾਂ ਨੂੰ ਦੋਸ਼ੀ ਠਹਿਰਾਇਆ ਜਾਏਗਾ, ਸਜਾਵਾਂ ਦਿੱਤੀਆਂ ਜਾਣਗੀਆਂ, ਤੇ ਜਿਹੜੇ ਬੇਦੋਸ਼ੇ ਜੇਲ੍ਹਾਂ ਦੇ ਵਿੱਚ ਨੇ ਇਹਨਾਂ ਨੂੰ ਬਾਹਰ ਕੱਢਿਆ ਜਾਏਗਾ। ਜੀ, ਇਹ ਬਾਦਲ ਸਾਹਿਬ ਦੇ ਮੈਨੀਫੈਸਟੋ ਦਾ ਹਿੱਸਾ ਸੀ, ਇਹ ਚੋਣ ਮੈਨੀਫੈਸਟੋ ਦਾ ਇੱਕ ਹਿੱਸਾ ਸੀ, ਔਰ ਚੋਣ ਮੈਨੀਫੈਸਟੋ ਤੁਸੀਂ ਕਹਿ ਦਿੰਦੇ ਹੋ ਅਸਲ ਵਿੱਚ ਪ੍ਰਣ ਪੱਤਰ ਹੁੰਦਾ ਹੈ ਵੀ ਸਰਕਾਰ ਬਣਨ ਤੋਂ ਬਾਅਦ ਅਸੀਂ ਨਿਭਾਵਾਂਗੇ, ਤੇ ਜੇ ਕੋਈ ਨਹੀਂ ਨਿਭਾਉਂਦਾ ਤੇ ਸੰਗਤ ਵਿੱਚੋਂ ਕੋਈ ਵੀ ਉੱਠ ਕੇ ਨਾ ਤੇ 420 ਦਾ ਕੇਸ ਕਰ ਸਕਦਾ ਆ ਵੀ ਇਹਨਾਂ ਨੇ ਸਾਡੇ ਨਾਲ 420 ਕੀਤੀ ਹੈ, ਸਾਨੂੰ ਧੋਖੇ ਵਿੱਚ ਰੱਖ ਕੇ ਇਸ ਤਰੀਕੇ ਨਾਲ ਇਹਨਾਂ ਨੇ ਲਾਰੇ ਲਾਏ ਸੀ। ਜੀ ਹੈ ਨਾ, ਜਿਵੇਂ ਕਿ ਹੁਣ ਇਹਨਾਂ ਸਰਕਾਰ ਨੇ ਕਿਹਾ ਸੀ ਬੀਬੀਆਂ ਨੂੰ 1000 ਰੁਪਇਆ ਦੇਵਾਂਗੇ ਜੀ, ਗਰੰਟੀਆਂ ਦੇ ਹੈ ਨਾ, ਅਜੇ ਤੱਕ ਆਇਆ ਨਹੀਂ, ਸੋ ਇਹ ਵੀ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਧੋਖਾ ਆ। ਹੁਣ ਤੁਸੀਂ ਇੱਕ ਚੀਜ਼ ਨੂੰ ਸਮਝੋ ਜੀ, ਬਾਦਲ ਨੇ ਜੋ ਪ੍ਰੋਮਿਸ ਕੀਤਾ ਸੀ, ਘੱਟੋ ਘੱਟ ਜਿਹੜੀਆਂ 25-30 ਹਜ਼ਾਰ ਲਾਵਾਰਸ ਲਾਸ਼ਾਂ ਸੀ, ਇੱਕ ਦੇ ਨਾਲ ਘੱਟੋ ਘੱਟ 5-7-10 ਜੀ ਜੁੜੇ ਹੁੰਦੇ ਨੇ, ਸ਼ਾਇਦ ਲੋਕਾਂ ਨੇ ਸੋਚਿਆ ਵੀ ਸਾਡੇ ਪੁੱਤਾਂ ਨੂੰ ਇਨਸਾਫ਼ ਮਿਲੇਗਾ, ਸਾਡੇ ਪਤੀ ਨੂੰ ਇਨਸਾਫ਼ ਮਿਲੇਗਾ, ਸਾਡੇ ਪਿਓ ਨੂੰ ਇਨਸਾਫ਼ ਮਿਲੇਗਾ, ਇਸ ਤਰੀਕੇ ਸਾਡੇ ਭਰਾ ਨੂੰ ਇਨਸਾਫ਼ ਮਿਲੇਗਾ, ਹਨਾ, ਲੋਕਾਂ ਦੇ ਮਨ ਵਿੱਚ ਸੀ ਵੀ 92 ਦੇ ਵਿੱਚ ਜਥੇਦਾਰ ਕੌਂਕੇ ਤੇ 95 ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਸ਼ਹੀਦ ਕੀਤੇ ਗਏ ਨੇ, ਸਾਨੂੰ ਇਹਨਾਂ ਯੋਧਿਆਂ ਦਾ ਇਨਸਾਫ਼ ਮਿਲੇਗਾ ਜੀ। ਪਰ ਜਦੋਂ 97 ਦੇ ਵਿੱਚ ਬਾਦਲ ਭਰਪੂਰ ਸੱਤਾ ਦੇ ਵਿੱਚ ਆਇਆ ਜੀ, ਤੇ ਸੱਤਾ ਦੇ ਨਸ਼ੇ ਦੇ ਵਿੱਚ ਸਾਰੀਆਂ ਪ੍ਰੋਮਿਸ ਭੁੱਲ ਗਿਆ ਜੋ ਪੰਥ ਦੇ ਨਾਲ ਕੀਤੇ ਸਨ, ਹੈਨਾ। ਹੁਣ ਤੁਸੀਂ ਪੁੱਛਿਆ ਸੀ ਵੀ ਗੁੱਸਾ ਇਹਦੇ ਤੇ ਕਿਉਂ, ਪਹਿਲਿਆਂ ਨੇ ਤੇ ਸਾਡੇ ਪੁੱਤ ਮਾਰੇ ਹੈ, ਉਹਨਾਂ ਤੇ ਸਾਨੂੰ ਗੁੱਸਾ ਹੈ ਹੀ, ਅਸੀਂ ਅੱਜ ਤੱਕ ਬੇਅੰਤੇ ਨੂੰ ਬੁੱਚੜ ਕਹਿੰਦੇ ਆ ਸਾਰੇ ਜੀ, ਬੇਅੰਤ ਸਿੰਘ ਤੇ, ਚਲੋ ਆਪਾਂ ਗੱਲਬਾਤ ਦੇ ਲਹਿਜੇ ਵਿੱਚ ਕਹਿ ਰਹੇ ਹਾਂ, ਆਮ ਕਰਕੇ ਤੁਸੀਂ ਦੇਖੋ ਬੇਅੰਤਾ ਬੁੱਚੜ ਕਹਿੰਦੇ ਆ, ਹਨਾ, ਬਿਲਕੁਲ। ਪਰ ਬੁੱਚੜ ਕੌਣ ਹੁੰਦਾ ਇਹ ਤੁਹਾਨੂੰ ਵੀ ਪਤਾ ਹੈ, ਭਾਵੇਂ ਕਿ ਉਹਦੇ ਪੋਤਰੇ ਨੂੰ ਇਸ ਚੀਜ਼ ਦੀ ਕਲਪਨਾ ਉੱਠਦੀ ਹੈ, ਪਰ ਮੇਰੇ ਖਿਆਲ 'ਚ ਕਲਪਨ ਦੀ ਬਜਾਏ ਮੰਥਨ ਕਰਨਾ ਚਾਹੀਦਾ ਵੀ ਇਹ ਵਰਡ ਕਦੋਂ ਤੇ ਕਿੱਥੋਂ ਆਇਆ। ਹਾਲਾਂਕਿ ਬੁੱਚੜ ਵੀ ਮਰਿਆਂ ਦੇ ਚੰਮ ਲਾਉਂਦਾ, ਅਗਲੇ ਪਾਸੇ ਆਓ ਜੀ, ਹੁਣ ਮੈਂ ਤੁਹਾਨੂੰ ਹਾਲਾਂਕਿ ਸਰਕਾਰੀ ਰਿਕਾਰਡ 'ਚ ਮੈਂ ਚਾਹਾਂਗਾ ਮੇਰੀ ਗੱਲ ਸੁਣ ਲਵੋ, ਹਨਾ, ਮੈਂ ਗੱਲ ਕੰਪਲੀਟ ਕਰ ਲਵਾਂ ਜੀ। ਉਸ ਤੋਂ ਬਾਅਦ ਕੀ ਹੋ ਜਾਂਦਾ ਹੈ ਜੀ,
ਬਾਦਲ ਸੱਤਾ ਦੇ ਵਿੱਚ ਆਉਂਦਾ ਹੈ ਤੇ ਬਾਦਲ ਸੱਤਾ ਵਿੱਚ ਆ ਕੇ ਇਹਨਾਂ ਚੀਜ਼ਾਂ ਨੂੰ ਵਿਸਾਰ ਦਿੰਦਾ ਹੈ। ਫਿਰ ਕੁਝ ਪੰਥ ਦਰਦੀ ਵੀਰ ਇਕੱਠੇ ਹੁੰਦੇ ਨੇ ਜਿਨ੍ਹਾਂ ਦੇ ਇੱਕ ਇੱਕ ਦੇ ਨਾਮ ਲੱਗਾ ਲੈਣ ਤੇ ਹੋ ਸਕਦਾ ਕਿ ਇੱਕ ਅੱਧੇ ਦਾ ਨਾਮ ਰਹਿ ਨਾ ਜਾਵੇ, ਜਿਨ੍ਹਾਂ ਦੇ ਵਿੱਚੋਂ ਜਸਟਿਸ ਅਜੀਤ ਸਿੰਘ ਬੈਂਸ ਦੀ ਗੱਲ ਕਰ ਲਈਏ, ਜੀ ਜਿਨ੍ਹਾਂ ਦੇ ਵਿੱਚੋਂ ਨਵਕਿਰਨ ਸਿੰਘ ਐਡਵੋਕੇਟ ਜੀ ਦੀ ਗੱਲ ਕਰ ਲਈਏ, ਜੀ ਕੁਝ ਐਸੀਆਂ ਸ਼ਖਸੀਅਤਾਂ ਉੱਠੀਆਂ ਜਿਨ੍ਹਾਂ ਨੇ ਚੇਤਾ ਕਰਵਾਇਆ ਵੀ ਆਹ ਪ੍ਰੋਮਿਸ ਤੁਸੀਂ ਕੀਤੇ ਸੀ। ਉਸ ਤੋਂ ਬਾਅਦ ਕੀ ਹੋ ਜਾਂਦਾ ਹੈ ਜੀ, ਬਾਦਲ 98 ਦੇ ਵਿੱਚ ਜੀ ਇੱਕ ਕਮਿਸ਼ਨ ਬਿਠਾਉਂਦੇ ਆ ਜਿਹਨੂੰ ਤਿਵਾੜੀ ਕਮਿਸ਼ਨ ਕਿਹਾ ਜਾਂਦਾ ਹੈ। ਓਕੇ, ਹੁਣ ਉਹ ਜਿਹੜਾ ਕਮਿਸ਼ਨ ਬਿਠਾਇਆ ਜਾਂਦਾ ਹੈ ਇਹ ਸਿੱਖ ਕਹਿੰਦੇ ਵੀ ਟਾਈਮ ਬਾਉਂਡ ਕੀਤਾ ਜਾਵੇ, ਉਹ 3 ਮਹੀਨੇ ਦਾ ਟਾਈਮ ਬਾਉਂਡ ਕਰ ਦਿੱਤਾ ਜਾਂਦਾ ਹੈ ਓਕੇ ਵੀ 3 ਮਹੀਨੇ ਦੇ ਵਿੱਚ ਇਹ ਕਮਿਸ਼ਨ ਆਪਣੀ ਰਿਪੋਰਟ ਦੇਵੇਗਾ। ਹੁਣ ਉਹ ਕਮਿਸ਼ਨ ਨੇ ਜਿਹੜੀ 3 ਮਹੀਨੇ ਵਿੱਚ ਰਿਪੋਰਟ ਦੇਣੀ ਸੀ ਉਹ ਉਹਨਾਂ ਨੇ ਦਿੱਤੀ ਜੀ 1 ਸਾਲ ਤੇ 3 ਮਹੀਨੇ ਵਿੱਚ। ਓਕੇ ਠੀਕ ਹੈ ਜੀ, 1 ਸਾਲ ਉਹਨਾਂ ਨੇ ਫਾਲਤੂ ਲੈ ਲਿਆ। ਕਮਿਸ਼ਨ ਦੀ ਰਿਪੋਰਟ ਆ ਗਈ ਜੀ। ਜੀ ਇੱਕ ਚੀਜ਼ ਹਰਪਾਲ ਸਿੰਘ ਚੇਤੇ ਰੱਖਿਆ ਜੇ, ਜੀ ਰਿਪੋਰਟ ਬੜੀ ਹੈਰਾਨ ਕਰ ਦੇਣ ਵਾਲੀ ਹੈ। ਓਕੇ, ਰਿਪੋਰਟ ਹੈਰਾਨ ਕਰ ਦੇਣ ਵਾਲੀ, ਉਹ ਇਹ ਗੱਲ ਤੇ ਉਹਦੇ ਵਿੱਚ ਲਿਖਦੇ ਨੇ, ਉਹ ਕਹਿੰਦੇ ਕਿ 25 ਦਸੰਬਰ 1992 ਨੂੰ ਸੰਗਤਾਂ ਦੀ ਹਾਜ਼ਰੀ ਵਿੱਚ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਗ੍ਰਿਫਤਾਰ ਕੀਤਾ ਗਿਆ। ਓਕੇ, ਇਹ ਤੇ ਮੰਨਦੇ ਨੇ ਜੀ, ਪਰ ਕੁੱਟ ਕੁੱਟ ਕੇ ਮਾਰਿਆ ਗਿਆ, ਉਹ ਕਹਿੰਦੇ ਵੀ ਇਹਦਾ ਕੋਈ ਠੋਸ ਸਬੂਤ ਨਹੀਂ ਮਿਲਦਾ। ਹੁਣ ਸਵਾਲ ਪੈਦਾ ਹੋ ਗਿਆ, 98 ਦੇ ਵਿੱਚ ਦਰਸ਼ਨ ਸਿੰਘ ਹਟੂਰ ਨੇ ਆਪਣਾ ਬਿਆਨ ਦੇ ਦਿੱਤਾ ਸੀ, ਉਹ ਤਾਂ ਪਕਾਰ ਪਕਾਰ ਕੇ ਕਹਿ ਰਿਹਾ ਸੀ ਵੀ ਮੈਂ ਚਸ਼ਮਦੀਦ ਹਾਂ, ਹਨਾ। 98 ਦੇ ਵਿੱਚ ਦਰਸ਼ਨ ਸਿੰਘ ਹਟੂਰ ਆਪਣਾ ਬਿਆਨ ਦੇ ਰਿਹਾ, 98 ਦੇ ਵਿੱਚ ਤਿਵਾੜੀ ਕਮਿਸ਼ਨ ਦੀ ਰਿਪੋਰਟ ਆ ਰਹੀ ਹੈ ਜਿਹਦੇ ਵਿੱਚ ਬਕਾਇਦਾ ਇਹ ਗੱਲ ਕਹੀ ਜਾ ਰਹੀ ਹੈ ਵੀ ਇਹ ਤੇ ਹੈ ਵੀ ਗ੍ਰਿਫਤਾਰ ਕੀਤਾ ਗਿਆ, ਪਰ ਇਸ ਗੱਲ ਦਾ ਅਜੇ ਤੱਕ ਕੋਈ ਸਬੂਤ ਨਹੀਂ ਮਿਲਦਾ ਪਿਆ ਵੀ ਉਹਨਾਂ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ। ਉਹ ਸਰਕਾਰੀ ਪਗਾੜ ਚ ਅੱਜ ਵੀ ਭਗੌੜੇ ਨੇ। ਹਾਂ, ਹੁਣ ਅਗਲੇ ਪਾਸੇ ਆਓ ਤੁਸੀਂ ਜੀ, ਜਿਹੜੀ ਭਗੌੜੇ ਵਾਲੀ ਗੱਲ ਹੈ ਨਾ, ਉਹ ਭਗੌੜੇ ਵਾਲੀ ਗੱਲ ਇਸ ਤਰੀਕੇ ਨਾਲ ਚਲਾਏਗੀ, ਜਦੋਂ SSP ਜਗਰਾਉਂ ਤੋਂ ਸਵਰਨ ਘੋਟਲੇ ਨੂੰ ਬਦਲ ਦਿੱਤਾ ਗਿਆ, ਓਕੇ, ਇਹਨੂੰ ਜਲੰਧਰ ਭੇਜ ਦਿੱਤਾ ਗਿਆ ਤੇ ਇਹਨਾਂ ਦੀ ਜਗ੍ਹਾ ਦੇ ਉੱਪਰ ਇੱਕ ਹੋਰ SSP ਆਇਆ, ਉਦੋਂ ਸੰਗਤਾਂ ਦੇ ਰੂਹ ਨੂੰ ਸ਼ਾਂਤ ਕਰਨ ਵਾਸਤੇ ਕਿਹਾ ਵੀ ਉਹ ਸਾਡੀ ਨਜ਼ਰ ਦੇ ਵਿੱਚ ਤੇ ਭਗੌੜੇ ਨੇ, ਓਕੇ, ਕਿਉਂਕਿ ਜੇ ਹੁਣ ਇਹ ਗੱਲ ਨਿਕਲ ਜਾਵੇ ਮਾਰ ਦਿੱਤੇ ਗਏ ਨੇ ਤੇ ਫਿਰ ਤੇ ਧਰਨੇ ਮਾਹੌਲ ਵਿਗੜ ਸਕਦਾ ਸੀ, ਇਸ ਕਰਕੇ ਮਾਹੌਲ ਨੂੰ ਸ਼ਾਂਤ ਕਰਨ ਵਾਸਤੇ ਉਹਨਾਂ ਨੇ ਇਹ ਗੱਲਾਂ ਕਹੀਆਂ। ਓਕੇ, ਹੁਣ ਤੁਸੀਂ ਦੋ ਮੇਰੇ ਤੇ ਸਵਾਲ ਕੀਤੇ ਨੇ, ਉਹਨਾਂ ਦਾ ਮੈਂ ਜਵਾਬ ਦੇਣਾ। ਤੁਸੀਂ ਇੱਕ ਤੇ ਸਵਾਲ ਇਹ ਕੀਤਾ ਹੈ ਵੀ ਬੇਅੰਤ ਸਿੰਘ ਦੀ ਸਰਕਾਰ ਸੀ, ਗੁੱਸਾ ਬਾਦਲਾਂ ਤੇ ਕਿਉਂ? ਜੀ, ਬਾਦਲ ਨੇ ਸਾਡੇ ਨਾਲ ਜੋ ਬੇਅੰਤ ਵੇਲੇ ਪਾਪ ਹੋਏ ਸੀ ਨਾ, ਉਹਨਾਂ ਦਾ ਸਾਨੂੰ ਕਿਹਾ ਸੀ ਵੀ ਹਿਸਾਬ ਦਿਆਂਗੇ, ਅਸੀਂ ਇਸ ਕਰਕੇ ਸਾਡੇ ਬਜ਼ੁਰਗਾਂ ਨੇ ਸਾਡੇ ਪੁਰਖਿਆਂ ਨੇ ਇਹਦੇ ਤੇ ਭਰੋਸਾ ਕੀਤਾ ਤੇ ਇਹਨੇ ਸਾਡੇ ਨਾਲ ਦਗਾ ਕੀਤਾ, ਨੰਬਰ 1। ਚਲੋ ਕਮਿਸ਼ਨ ਬਣਾਤਾ, ਕਮਿਸ਼ਨ ਬਣਨ ਤੋਂ ਬਾਅਦ ਜਿਹੜੀ ਰਿਪੋਰਟ ਆਈ ਉਸ ਰਿਪੋਰਟ ਨੂੰ ਦੱਬ ਲਿਆ ਗਿਆ। ਇੱਕ ਚੀਜ਼ ਯਾਦ ਰੱਖੋ, ਜਦੋਂ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ ਸੀ ਨਾ ਜੀ, ਉਦੋਂ ਇੱਕ ਹੰਟਰ ਕਮਿਸ਼ਨ ਬਣਾਇਆ ਸੀ। ਬਿਲਕੁਲ ਜੀ, ਜਦੋਂ ਹੰਟਰ ਕਮਿਸ਼ਨ ਨੇ ਆਪਣੀ ਰਿਪੋਰਟ ਦਿੱਤੀ ਸੀ ਨਾ ਤੇ ਉਸ ਰਿਪੋਰਟ ਦੇ ਆਧਾਰ ਦੇ ਉੱਪਰ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਇੱਥੇ ਮਾਰੇ ਗਏ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਤੇ ਜਿਹੜੇ ਅਫਸਰ ਦੇ ਕਰਕੇ ਸਾਰਾ ਕੁਝ ਹੋਇਆ ਹੈ ਉਹਨੂੰ ਜੋ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਤੇ ਸਹੂਲਤਾਂ ਮਿਲਦੀਆਂ ਨੇ ਉਹ ਸਾਰੀਆਂ ਬੰਦ ਕਰ ਦਿੱਤੀਆਂ ਜਾਣ, ਓਕੇ, ਹੈ ਨਾ। ਚਲੋ ਜੋ ਵੀ ਹੋਇਆ ਉਹਨਾਂ ਨੇ ਆਪਦਾ ਰਿਪੋਰਟ ਦਾ ਕੀਤਾ। ਹੁਣ ਸਾਡਾ ਜਿਹੜਾ ਤਿਵਾੜੀ ਕਮਿਸ਼ਨ ਬਣਾਇਆ ਸੀ ਇਹ ਬਾਦਲ ਨੇ ਆਪਦੇ ਸੱਤਾ ਵਾਲੀ ਕੁਰਸੀ ਦੇ ਪਾਵੇ ਦੇ ਹੇਠਾਂ ਦੱਬ ਲਿਆ। ਹੁਣ ਰਿਪੋਰਟ ਤੇ ਇਹ ਹੈ ਨਾ, ਜੋ ਰਿਪੋਰਟ ਆਈ ਹੈ ਜਿਹੜੇ ਦੋਸ਼ੀ ਪੁਲਿਸ ਵਾਲੇ ਨੇ ਉਹਨਾਂ ਤੇ ਕਾਰਵਾਈ ਹੋਵੇ, ਪਰ ਕਾਰਵਾਈ ਹੋਣ ਦੀ ਬਜਾਏ ਉਹਨਾਂ ਨੂੰ ਤਰੱਕੀਆਂ ਮਿਲਦੀਆਂ ਗਈਆਂ, ਪ੍ਰਮੋਸ਼ਨ ਮਿਲੀ, ਬਿਲਕੁਲ, ਹੈ ਨਾ, ਪ੍ਰਮੋਸ਼ਨ ਹੁੰਦੀ ਗਈ, ਹੁਣ ਫੀਤੀਆਂ ਲੱਗਦੀਆਂ ਗਈਆਂ। ਹੁਣ ਅੰਦਾਜ਼ਾ ਲਾ ਕੇ ਵੇਖੋ ਵੀ ਇੱਕ ਬੰਦਾ ਦੋਸ਼ੀ ਹੋਵੇ ਉਹਦੀ ਪ੍ਰਮੋਸ਼ਨ ਹੋਵੇ, ਇੱਕ ਬੰਦਾ ਦੋਸ਼ੀ ਹੋਵੇ ਆਪਣੀ ਰਿਟਾਇਰਮੈਂਟ ਲਵੇ ਜਾ ਕੇ, ਕਮਾਲ ਦੀ ਗੱਲ ਹੈ, ਆਪਦੀਆਂ ਸਾਰੀਆਂ ਸੁੱਖ ਸਹੂਲਤਾਂ ਲਵੇ, ਪੈਨਸ਼ਨ ਲਵੇ, ਆਪਣੀ ਆਈ ਮੌਤ ਮਰ ਜਾਵੇ,
ਉਹਦੇ ਆਪਣੇ ਆਪ ਭੋਗ ਦੇ ਤੇ ਵੀ, ਵਿੱਚ ਇੱਕ ਉਹਦੇ ਸਵਾਲ। ਭੋਗ ਤੇ ਵੀ ਮਤਲਬ SGPC ਵੱਲੋਂ ਪੈਸਿਆਂ ਦਾ ਇਲਜ਼ਾਮ ਲੱਗ ਰਿਹਾ, ਭੋਗ ਵੀ ਪਾਇਆ ਗਿਆ ਮੈਂ ਹਜੂਰੀ ਕਹਿੰਦਾ ਕਾਲਜ ਦੇ ਪੈਸਿਆਂ ਦਾ ਪੇਪਰ ਦੇ ਇਲਜ਼ਾਮ ਵਿੱਚ। ਲੱਗਾ, ਜੀ ਉਹਦਾ ਜਥੇਦਾਰ ਦਾ ਬਿਆਨ ਆਇਆ, ਜੀ ਪਰ ਭਾਈ ਬਲਦੇਵ ਸਿੰਘ ਵਡਾਲਾ ਕਹਿੰਦੇ ਮੇਰੇ SGPC ਨੇ ਆਰਡਰ ਪਾਏ ਸੀ, ਸਕੱਤਰ ਰੂਪ ਸਿੰਘ ਨੇ ਕਿਹਾ ਸੀ ਵੀ ਤੈਂ ਕੀਰਤਨ ਕਰਨ ਉੱਥੇ ਜਾਣਾ, ਕਹਿੰਦੇ ਤੁਹਾਨੂੰ ਪਤਾ ਜੀ ਸਵਰਨ ਘੋਟਨਾ ਕੌਣ ਹੈ, ਕਹਿੰਦਾ ਮੈਨੂੰ ਸਾਰਾ ਪਤਾ ਕੌਣ ਹੈ ਪਰ ਤੂੰ ਜਾਣਾ। ਉਹ ਕਹਿੰਦਾ ਜੀ ਮੈਂ ਨਹੀਂ ਜਾਵਾਂਗਾ, ਕਹਿੰਦੇ ਹੋ ਸਕਦਾ ਫਿਰ ਤੁਹਾਨੂੰ ਡਿਊਟੀ ਤੋਂ ਜਾਣਾ ਪੈ ਜਾਏ, ਕਹਿੰਦੇ ਮੈਨੂੰ ਡਿਊਟੀ ਤੋਂ ਫਾਰਗ ਕਰ ਦਿਓ ਮੈਂ ਚਲਾ ਜਾਵਾਂਗਾ। ਓਕੇ ਔਰ ਭਾਈ ਜੀ। ਬਲਦੇਵ ਸਿੰਘ ਬਟਾਲਾ ਅੱਜ ਵੀ ਜਿਉਂਦੇ ਜਾਗਦੇ ਨੇ। ਸਵਾਲ ਤੀਸਰੇ ਨੰਬਰ ਦੇ ਉੱਪਰ ਆ ਜਾਂਦਾ ਹੈ, ਜੀ ਸਾਡੀ ਕੌਮ ਦੇ ਜਥੇਦਾਰ ਨੇ ਇਹੋ ਜਿਹਾ ਬਿਆਨ ਉਦੋਂ ਕਿਉਂ ਨਹੀਂ ਦਿੱਤਾ ਵੀ ਭਾਈ ਇਹਨੇ ਸਾਡੇ ਅਕਾਲ ਤਖ਼ਤ ਦਾ ਜਥੇਦਾਰ, ਜਿਹੜੀ ਸਾਡੀ ਸੁਪਰੀਮ ਪਾਵਰ ਹੈ, ਜੀ ਉਹਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ, ਇਹਦੇ ਭੋਗ ਤੇ ਕੋਈ ਵੀ ਧਾਰਮਿਕ ਰਸਮ ਜਿਹੜੀ ਹੈ ਕਿਸੇ ਗੁਰਦੁਆਰੇ ਵਿੱਚ ਨਹੀਂ ਹੋਣੀ ਚਾਹੀਦੀ, ਕਰ ਸਕਦੇ ਸੀ, ਇਹਨਾਂ ਨੇ ਕਿਉਂ ਨਹੀਂ ਕੀਤਾ ਉਦੋਂ, ਹੈ ਨਾ। ਜੀ ਜੀ ਔਰ ਉਹ ਜਿਹੜਾ ਸਵਰਨ ਘੋਟਨਾ ਸੀ ਉਹ ਬਾਦਲ ਦਾ ਚਹੇਤਾ ਬਣ ਕੇ ਰਿਹਾ। ਓਕੇ ਠੀਕ ਹੈ ਜੀ। ਹੁਣ ਜਿਹੜਾ KPS ਗਿੱਲ ਤੇ ਬੇਅੰਤ ਦੀ ਜੋੜੀ ਸੀ ਜਿਨ੍ਹਾਂ ਨੇ ਰਲ ਕੇ ਇਹ ਪਾਪ ਕੀਤਾ, ਉਹ KPS ਗਿੱਲ ਦੇ ਨਾਲ ਫਿਰ ਬਾਦਲ ਸਾਹਿਬ ਵੀ ਮੀਟਿੰਗਾਂ ਕਰਦੇ ਰਹੇ। ਹੁਣ ਤੁਸੀਂ ਪੁੱਛਿਆ ਸੀ ਵੀ ਗੁੱਸਾ ਕਿਉਂ, ਗੁੱਸਾ ਸਾਨੂੰ ਇਸ ਕਰਕੇ ਆਉਂਦਾ ਵੀ ਜਿਹੜੇ ਸਾਡੇ ਬੱਚਿਆਂ ਦੇ ਕਾਤਲ ਨੇ, ਜੀ ਜਦੋਂ ਤੁਸੀਂ ਉਹਨਾਂ ਨੂੰ ਅਹੁਦੇ ਦੇ ਕੇ ਨਿਵਾਜੋਗੇ, ਉਹਨਾਂ ਨਾਲ ਮੀਟਿੰਗਸ ਕਰੋਗੇ, ਉਹਨਾਂ ਨਾਲ ਬੈਠ ਕੇ ਪਿਆਲੇ ਸਾਂਝੇ ਕਰੋਗੇ, ਤੇ ਸਾਨੂੰ ਤੇ ਭਾਈ ਗੁੱਸਾ ਆਵੇਗਾ। ਇੱਕ ਮੇਰੇ ਬੱਚੇ ਦਾ ਕਾਤਲ ਹੋਵੇ ਜੀ ਤੇ ਤੁਸੀਂ ਉਹਦੇ ਨਾਲ ਬੈਠ ਕੇ ਪਿਆਲਾ ਸਾਂਝਾ ਕਰੋ ਤੇ ਤੁਸੀਂ ਮੇਰੇ ਕੀ ਲੱਗਦੇ ਹੋ ਜੀ, ਹੈ ਨਾ। ਸੋ ਆਹ ਸਾਰੀਆਂ ਚੀਜ਼ਾਂ ਸੀ ਜਿਹੜੀਆਂ 31 ਸਾਲ ਬਾਅਦ ਹੀ ਕਿਉਂ ਇੰਨੀ ਗੱਲ ਉੱਠੀ, 31-32 ਸਾਲ ਹੋ ਗਏ 92 ਦੀ ਤੱਕ ਦੀ ਗੱਲ ਕਰ ਰਹੇ ਸਾਲ ਦੇ ਬਾਅਦ ਇਸ ਕਰਕੇ ਉੱਠੀ ਹੈ, ਕੁਦਰਤ ਤੁਹਾਡਾ ਸਾਥ ਦੇ ਰਹੀ ਹੈ। ਓਕੇ ਹਾਂ, ਜਦੋਂ ਸੁਖਬੀਰ ਬਾਦਲ ਕੁਝ ਵੀ ਹਰਕਤ ਕਰਦਾ ਆ ਉਸੇ ਵੇਲੇ ਤੇ ਪੁੱਠੀ ਪੈ ਜਾਂਦੀ ਹੈ। ਓਕੇ ਮਾਫੀ ਇਹਨੇ ਮੰਗੀ, ਇਹਨੇ ਤੂੰ ਸੋਚਿਆ ਵੀ ਮਾਫੀ ਮੰਗ ਕੇ 2024 ਵਾਲਾ ਪਲਾਨ ਕਰ ਲਵਾਂ, 2024 ਦੇ ਵਿੱਚ ਲੋਕ ਸਭਾ ਵੀ ਆ ਗਈ ਤੇ SGPC ਵੀ ਆ ਗਈ, ਪਰ ਇਹਦੇ ਤੇ ਪੁੱਠਾ ਪੈ ਗਿਆ। ਉਹ ਸ਼ਹੀਦੀ ਦਿਹਾੜਾ ਵੀ ਮਨਾ ਰਹੇ ਨੇ ਅਕਾਲ ਤਖ਼ਤ ਤੇ, ਹਾਲਾਂਕਿ ਜਿਨ੍ਹਾਂ ਨੇ ਸ਼ਹੀਦ ਕੀਤਾ ਘੋਟਨੇ ਦਾ ਵੀ ਭੋਗ ਪਾ ਰਹੇ। ਇਸ ਵੇਲੇ ਦੀ ਜਿਹੜੀ ਸਥਿਤੀ SGPC ਦੀ ਹੈ, ਹਰਪਾਲ ਸਿੰਘ ਜੀ ਏਡੀ ਹਾਸੋਹੀਣੀ ਬਣੀ ਹੋਈ ਹੈ ਵੀ ਜੇ ਤੇ ਮੰਨ ਲਓ ਜਟਾਣੇ ਦਾ ਨਾਮ ਸਿੱਧੂ ਮੂਸੇਵਾਲਾ ਗਾਣੇ ਚ ਲੈ ਲੈਂਦਾ, ਇਹ ਕਹਿੰਦੇ ਫੋਟੋ ਲੱਗੇਗੀ 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 ਕੀ, ਇੱਕ ਗਵੱਈਆ ਤੁਹਾਨੂੰ ਯਾਦ ਕਰਵਾਵੇਗਾ ਤੁਸੀਂ ਏਡੀ ਵੱਡੀ ਸੰਸਥਾ ਤੁਹਾਨੂੰ ਨੀ ਪਤਾ। ਕਦੀ ਮਾਨ ਸਾਹਿਬ ਦੀ ਪਾਰਟੀ ਦੇ ਜ਼ਿੰਮੇਵਾਰ ਸੱਜਣ ਭਾਗੋਰੀਆ ਜੀ ਨੂੰ ਪੁੱਛੋ, ਉਹ ਕਹਿੰਦੇ ਸਾਨੂੰ ਤੇ ਜਟਾਣੇ ਦਾ ਭੋਗ ਨਹੀਂ ਸੀ ਪਾਉਣ ਦਿੰਦੇ ਹੁੰਦੇ SGPC ਦੇ ਗੁਰੂ ਘਰ ਦੇ ਵਿੱਚ, ਓਕੇ ਅੱਜ ਉਹ ਕਹਿੰਦੇ ਫੋਟੋ ਲੱਗਣੀ ਹੈ, ਹੈ ਨਾ। ਇਹ ਤੇ ਇੱਕ ਗੇਮ ਹੈ, ਹੁਣ ਇਹਨਾਂ ਨੇ ਦੇਖਿਆ ਵੀ ਤੰਦੂਰ ਤਪਦਾ ਨਾ, ਇਦਾਂ ਵਾ ਦਬ ਰੋਟੀਆਂ ਲਾਉਣ ਲੱਗ ਪੈਂਦੇ ਆ। ਓਕੇ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ ਨਾ ਕਿਸੇ ਘਰ ਤੰਦੂਰ ਬਲਦਾ ਤੇ ਬੀਬੀ ਨੇ ਆਟਾ ਲੈ ਆਉਣਾ, ਚੱਲ ਮੈਂ ਵੀ 4 ਰੋਟੀਆਂ ਸੇਕ ਹੀ ਲਵਾਂ। ਇਹ ਹੁਣ ਦੇਖਿਆ ਵੀ ਹੁਣ ਕੌਂਕੇ ਕੌਂਕੇ ਹੋ ਰਹੀ ਹੈ, ਜਹੇਦਾਰ ਜੀ ਦਾ ਨਾਮ ਆਇਆ, ਦਬਾ ਦਬ ਅਸੀਂ ਜੀ ਅਕਾਲ ਤਖ਼ਤ ਸਾਹਿਬ ਤੇ ਮਨਾਵਾਂਗੇ ਸ਼ਹੀਦੀ ਦਿਹਾੜਾ। ਜੀ ਕੱਲੇ ਸ਼ਹੀਦੀ ਦਿਹਾੜੇ ਮਨਾ ਕੇ ਗੁਜ਼ਾਰਾ ਨਹੀਂ ਹੋਣਾ। ਸਵਾਲ ਤੁਹਾਡੇ ਤੇ ਇਹ ਵੀ ਆਵੇਗਾ ਵੀ ਜਿਹੜੇ ਉਹਨਾਂ ਦੇ ਦੋਸ਼ੀ ਸੀ ਉਹਦੇ ਵਿੱਚ ਤੁਸੀਂ ਆਪਣਾ ਯੋਗਦਾਨ ਉਹਨਾਂ ਦੀਆਂ ਅੰਤਮ ਰਸਮਾਂ ਤੇ ਕਿਉਂ ਪਾਇਆ, ਜਿਹੜੇ ਦੋਸ਼ੀ ਸੀ ਉਹਨਾਂ ਨੂੰ ਸਜ਼ਾਵਾਂ ਮੌਕੇ ਤੇ ਕਿਉਂ ਨਹੀਂ ਦਿੱਤੀਆਂ ਗਈਆਂ, ਜਿਹੜੇ ਦੋਸ਼ੀ ਸੀ ਤੁਸੀਂ ਉਹਨਾਂ ਨੂੰ ਤਰੱਕੀਆਂ ਕਿਉਂ ਦਿੱਤੀਆਂ, ਜੀ ਸਵਾਲ ਆ ਜਾਂਦੇ ਹਰਪਾਲ ਸਿੰਘ ਜੀ, ਜਿਹਦੇ ਕਰਕੇ ਦਿਲ ਦੁਖਦਾ। ਸੋ ਮੈਂ ਕਹਿੰਦਾ ਵੀ ਰਿਪੋਰਟ ਲੀਕ ਹੋ ਗਈ 2011 ਦੇ ਵਿੱਚ, ਜੀ ਜਿਹਦੇ ਕਰਕੇ ਮਸਲਾ ਅੱਗੇ ਦੀ ਅੱਗੇ ਆ ਗਿਆ, ਜੀ ਕੁਛ ਬਿਆਨ ਐਸੇ ਆ ਗਏ ਜਿਹਦੇ ਕਰਕੇ ਸਾਰੀ ਚੀਜ਼ ਨਿਕਲ ਕੇ ਹੁਣ ਬਾਹਰ ਆ ਗਈ, ਹੈ ਨਾ। ਜੀ ਹੁਣ ਜਿਹੜੇ ਦੋਸ਼ੀ ਹੈ, ਮੇਨ ਦੋਸ਼ੀ ਜਿਹੜਾ ਹੈ, ਉਹ ਦੁਨੀਆਂ ਤੋਂ ਚਲਾ ਗਿਆ, ਔਰ ਗਏ ਨੂੰ ਵੀ ਕਰੀਬ 9 ਸਾਲ ਹੋ ਗਏ, ਹੈ ਨਾ। ਹੁਣ ਸਵਾਲ ਪੈਦਾ ਹੋ ਜਾਂਦਾ ਉਹਨੇ ਕਿਨੂੰ ਕਿਨੂੰ ਹੁਕਮ ਦਿੱਤੇ ਸੀ ਤਸੀਹੇ ਦੇਣ ਦੇ, ਤੇ ਉਹਨੂੰ ਕਿਹਦਾ ਹੁਕਮ ਆਇਆ ਸੀ ਵੀ ਇਹ ਕੰਮ ਤੂੰ ਕਰਵਾ,
ਬਿਲਕੁਲ, ਹੁਣ ਆਹ ਚੀਜ਼ਾਂ ਜੇ ਜਨਤਕ ਹੋ ਸਾਡੇ ਜਾਣ। ਮਤਲਬ ਸਰਵਉੱਚ ਉੱਤਮ ਅਕਾਲ ਤਖਤ ਦੇ ਜਥੇਦਾਰ ਨਾਲ ਇਹੋ ਜਿਹੇ ਤਸ਼ੱਦਦ ਹੋਏ ਤੇ ਜਿਹੜੇ ਆਮ ਤੁਹਾਡੇ ਮੇਰੇ ਵਰਗੇ ਹੋਣਗੇ ਉਹਨਾਂ ਨਾਲ ਕਿੰਨੇ ਇਹਨਾਂ ਦੇ ਤਸ਼ੱਦਦ ਢਾਏ ਹਰਪਾਲ ਹੋਣਗੇ। ਸਿੰਘ ਜੀ ਬਹੁਤ ਕੁਛ ਆ, ਇਹ ਚੀਜ਼ ਆਪਣੇ ਆਪ ਦੇ ਵਿੱਚ ਇੱਕ ਪੈਮਾਨਾ ਤੇ ਐਗਜ਼ਾਮਪਲ ਸੈੱਟ ਹੋ ਗਈ ਜੀ ਵੀ ਜੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਇਹ ਕੁਛ ਹੋ ਸਕਦਾ ਤੇ ਆਪ ਸਿੱਖਾਂ ਨਾਲ ਕੀ ਕੁਛ ਹੋਇਆ ਹੋਵੇਗਾ। ਜੀ ਇਹ ਆਪਣੇ ਆਪ ਦੇ ਵਿੱਚ ਇੱਕ ਐਗਜ਼ਾਮਪਲ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਉਦਾਹਰਨ ਬਣ ਗਈ, ਹੈ ਜੀ ਨਾ। ਜੀ ਸੋ ਬਹੁਤ ਕੁਛ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਸਾਹਮਣੇ ਆਏਗਾ ਤੇ ਵਾਹਿਗੁਰੂ ਕਿਰਪਾ ਕਰੇ ਆਪਣੇ ਪੰਥ ਦਾ ਆਪ ਰਖਵਾਲਾ ਬਣੇ। ਸੋ ਧੰਨਵਾਦ ਬਾਪੂ ਸਾਹਿਬ, ਤੁਸੀਂ ਥੋੜੇ ਸਮੇਂ 'ਚ ਵਧੇਰੇ ਜਾਣਕਾਰੀਆਂ ਦਿੱਤੀਆਂ। ਹੋਰ ਜਾਣਕਾਰੀਆਂ ਲੈਣ ਲਈ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਦਿਓ ਆਗਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਜੀ।